ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਬਹੁਤ ਹੀ ਹੋਣਹਾਰ ਬੱਚੇ ਆਰੀਅਨ ਦੀ, ਆਰੀਅਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਆਰੀਅਨ ਸਾਰੇਗਾਮਾ ਪਾ ਦੇ ਸਟੂਡੀਓ ਰਾਉਂਡ ਲਈ ਸਿਲੈਕਟ ਹੋ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਬੱਚੇ ਦੀ ਸੁਰੀਲੀ ਗਾਇਕੀ ਕਰਕੇ ਜਦੋਂ ਇਹਨੇ ਗਾਣਾ ਗਾਇਆ ਤਾਂ ਇਸਨੇ ਜੱਜਿਸ ਦਾ ਦਿਲ ਜਿੱਤ ਲਿਆ, ਜਿਸ ਦੇ ਬਾਅਦ ਕਿ ਇਹਨੇ ਆਪਣੀ ਸਟੂਡੀਓ ਰਾਉਂਡ ਲਈ ਜਗ੍ਹਾ ਬਣਾ ਲਈ ਅਤੇ ਅੱਗੇ ਦੀ ਤਿਆਰੀ ਕਰਨ ਲੱਗ ਗਿਆ। ਤੁਹਾਨੂੰ ਦੱਸ ਦਿੰਦੇ ਕਿ ਇੱਥੇ ਆਰੀਅਨ ਵੱਲੋਂ ਅਕਸਰ ਮਿਹਨਤ ਕੀਤੀ ਜਾ ਰਹੀ ਸੀ ਆਪਣੇ ਸੁਪਨੇ ਅਤੇ ਆਪਣੇ ਮਾਂ ਪਿਓ ਦੇ ਸੁਪਨੇ ਪੂਰੇ ਕਰਨ ਲਈ। ਤਾਂ ਅਗਰ ਜੱਜਿਸ ਵੱਲੋਂ ਸਟੂਡੀਓ ਰਾਊਂਡ ਵਿੱਚ ਆਰੀਅਨ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਉਸਦੇ ਨਾਲ ਨਾਲ ਉਸਦੇ ਮਾਪਿਆਂ ਦੇ ਵੀ ਜੋ ਸੁਪਨੇ ਪੂਰੇ ਹੋ ਜਾਣਗੇ। ਤਾਂ ਜਦੋਂ ਆਰੀਅਨ ਨਾਲ ਗੱਲਬਾਤ ਕੀਤੀ ਉਹਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੇਰਾ ਨਾਮ ਮਾਸਟਰ ਆਰੀਅਨ ਹੈ ਅਤੇ ਮੈਂ ਗੁਰਦਾਸਪੁਰ ਸ਼ਹਿਰ ਪੰਜਾਬ 'ਚ ਰਹਿੰਦਾ ਹਾਂ। ਮੈਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਮੇਰੀ ਮੰਮਾ ਪਹਿਲਾਂ ਮੈਨੂੰ ਹਨੂੰਮਾਨ ਚਾਲੀਸਾ ਸਿਖਾਉਂਦੇ ਸੀ ਅਤੇ ਉਹਨਾਂ ਨੇ ਪਾਪਾ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਥੋੜ੍ਹਾ ਗਾਇਕੀ ਵਾਲੇ ਦਾ ਧਿਆਨ ਦਿਓ ਅਤੇ ਪਾਪਾ ਨੇ ਕਿਹਾ ਕਿ ਇਹ ਹਲੇ ਬਹੁਤ ਛੋਟਾ ਹੈ ਅਤੇ ਮੰਮਾ ਨੇ ਕਿਹਾ ਕੋਸ਼ਿਸ਼ ਤਾਂ ਕਰਕੇ ਦੇਖੋ ਅਤੇ ਫਿਰ ਪਾਪਾ ਨੇ ਕੋਸ਼ਿਸ਼ ਕੀਤੀ ਅਤੇ ਫਿਰ ਮੈਂ ਗਾਇਕੀ ਦੀ ਲਾਈਨ ਵਿੱਚ ਪੈ ਗਿਆ। ਮੈਨੂੰ ਗਾਇਕੀ ਦੇ ਗੁਣ ਦੇਣ ਵਾਲੇ ਮੇਰੇ ਪਾਪਾ ਹੈ। ਮੇਰੇ ਪਾਪਾ ਕੋਨਵੈਂਟ ਸਕੂਲ 'ਚ ਮਿਊਜ਼ਿਕ ਟੀਚਰ ਨੇ। ਮੈਨੂੰ ਮੇਰੇ ਪਾਪਾ ਨੇ ਜੋ ਵੀ ਕੋਈ ਮੈਂ ਨਵਾਂ ਗਾਣਾ ਕਰਦਾ ਸੀ ਪਹਿਲੇ ਮੇਰੇ ਪਾਪਾ ਨੇ ਮੈਨੂੰ ਫੋਨ 'ਚ ਲਾ ਕੇ ਦੇਣਾ, ਫਿਰ ਮੈਨੂੰ ਹਾਰਮੋਨੀਅਮ 'ਤੇ ਪ੍ਰੈਕਟਿਸ ਕਰਵਾਉਣੀ ਅਤੇ ਫਿਰ ਜਦੋਂ ਮੈਨੂੰ ਥੋੜ੍ਹਾ ਥੋੜ੍ਹਾ ਆਉਣਾ ਅਤੇ ਫਿਰ ਪਾਪਾ ਨੇ ਮੈਨੂੰ ਡਾਇਰੀ 'ਤੇ ਲਿਖ ਕੇ ਦੇ ਦੇਣਾ ਜਿਹਦੇ ਨਾਲ ਮੈਂ ਬੋਲਦਾ ਸੀ। ਮੈਂ ਜਦੋਂ ਮੇਰਾ ਸਾਰੇਗਾਮਾਪਾ ਦਾ ਆਡੀਸ਼ਨ ਸੀ ਉਦੋਂ ਮੈਂ ਬਹੁਤ ਹੀ ਜ਼ਿਆਦਾ ਨਰਵਸ ਸੀ। ਮੇਰਾ ਫਸਟ ਪੋਜੀਸ਼ਨ ਸੀ ਅੰਮ੍ਰਿਤਸਰ ਅਤੇ ਥਰਡ ਔਰ ਸੈਕਿੰਡ ਔਰ ਥਰਡ ਆਡੀਸ਼ਨ ਮੇਰਾ ਸੀ ਦਿੱਲੀ। ਮੈਂ ਸਾਰੇਗਾਮਾਪਾ ਸ਼ੋਅ ਤੋਂ ਪਹਿਲਾਂ ਪੀ ਟੀ ਸੀ ਪੰਜਾਬੀ ਵੋਇਸ ਆਫ ਪੰਜਾਬ ਸੀਜ਼ਨ 8 ਚ ਪਰਫੋਰਮ ਕਰ ਚੁੱਕੇ ਹਾਂ। ਮੈਂ ਉੱਥੇ ਸੈਮੀਫਾਈਨਲ ਤੱਕ ਪਹੁੰਚਿਆ ਸੀ। ਮੈਂ ਸਾਰੇਗਾਮਾਪਾ ਦਾ ਆਡੀਸ਼ਨ ਦਿੱਤਾ ਅਤੇ ਮੈਂ ਸਟੂਡੀਓ ਰਾਊਂਡ ਤੱਕ ਪਹੁੰਚ ਚੁੱਕਿਆ ਹਾਂ। ਜੱਜਸ ਜਿਹੜੇ ਉੱਥੇ ਆਏ ਸੀ ਉਹਨਾਂ ਨੇ ਕੀ ਕਿਹਾ, ਕਿਸ ਤਰ੍ਹਾਂ ਉਤਸ਼ਾਹਿਤ ਕੀਤਾ ਤੁਹਾਨੂੰ? ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਸਾਨੂੰ ਆਉਣ ਲੱਗਦਾ ਸੀ ਕਿ ਸਿੱਧਾ ਅਸੀਂ ਭਗਵਾਨ ਨਾਲ ਕਨੈਕਟ ਹੋ ਗਏ ਹਾਂ। ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਅਤੇ ਐਕਸਾਈਟਮੈਂਟ ਥੋੜ੍ਹਾ ਨਰਵਸ ਵੀ ਸੀ ਮੈਂ, ਲੇਕਿਨ ਜਦੋਂ ਗਾਇਆ ਤਾਂ ਮੇਰਾ ਸਾਰਾ ਡਰ ਉੱਡ ਗਿਆ। ਮੈਨੂੰ ਜਿਹੜੀ ਹਰਕਤ ਵਗੈਰਾ ਮੁਰਕੀਆਂ ਵਗੈਰਾ ਮੈਨੂੰ ਉਹ ਮਾਰਨ ਨੂੰ ਮਿਲੀ ਅਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਸੁਰ 'ਚ ਗਾਉਣ ਨੂੰ ਮਿਲਿਆ। ਸਾਰੇਗਾਮਾਪਾ ਆਡੀਸ਼ਨ ਵਿੱਚ ਜੱਜਿਸ ਸੀ ਅਨੂ ਮਲਿਕ, ਸ਼ੰਕਰ ਮਹਾਦੇਵ ਅਤੇ ਨੀਤੀ ਮੋਹਨ ਜੀ। ਮੈਂ ਜਦੋਂ ਸਾਰੇਗਾਮਾਪਾ ਆਡੀਸ਼ਨ 'ਚ ਆਪਣੀ ਪਰਫੋਰਮੈਂਸ ਦਿੱਤੀ ਅਤੇ ਅਨੂ ਮਲਿਕ ਜੀ ਨੇ ਮੈਨੂੰ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਕੀਤਾ। ਉਹਨਾਂ ਨੇ ਮੇਰੇ ਵਾਸਤੇ ਇੱਕ ਗਾਣਾ ਗਾਇਆ। ਕਿਹੜਾ ਗਾਣਾ ਸੀ? ਉਹਨਾਂ ਨੇ ਬੋਲਿਆ ਸੀ ਜੋ ਦਿਲ ਕੀ ਬਾਤ ਹੋਤੀ ਹੈ ਨਜ਼ਰ ਆਨੀ ਚਾਹੀਏ ਤੂੰ ਗਾਇਕੀ ਕਾ ਦੁਲਾ ਹੈ ਹਮ ਸਭ ਤੇਰੇ ਬਾਰਾਤੀ ਹੈ। ਇਹ ਬੋਲਿਆ ਸੀ। ਮੈਂ ਬਹੁਤ ਹੀ ਵੱਡਾ ਸਟਾਰ ਸਿੰਗਰ ਪਲੇਬੈਕ ਸਿੰਗਰ ਬਣਨਾ ਚਾਹੁੰਦਾ ਅਤੇ ਮੈਂ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਅਤੇ ਮੈਂ ਬਾਲੀਵੁੱਡ 'ਚ ਬੈਸਟ ਸਿੰਗਰ ਬਣਨਾ ਚਾਹੁੰਦਾ। ਮੇਰਾ ਨਾਮ ਦੀਪਕ ਗੁਰਦਾਸਪੁਰੀ ਹੈ ਜੀ ਅਤੇ ਮੈਂ ਇੱਕ ਮਿਊਜ਼ਿਕ ਟੀਚਰ ਹਾਂ ਕੋਨਵੈਂਟ ਸਕੂਲ ਵਿੱਚ ਅਤੇ ਪਲੱਸ ਮੈਂ ਜਗਰਾਤੇ ਵਗੈਰਾ ਵੀ ਕਰੀਦਾ, ਸਟੇਜ ਪ੍ਰੋਗਰਾਮ ਕਰਦੇ ਆ। ਅਤੇ ਆਰੀਅਨ ਉਦੋਂ 6 ਸਾਲ ਦਾ ਸੀਗਾ ਜਦੋਂ ਇਸਨੂੰ ਮਿਊਜ਼ਿਕ ਦੀ ਥੋੜ੍ਹੀ ਥੋੜ੍ਹੀ ਸਮਝ ਆਉਣੀ ਸ਼ੁਰੂ ਹੋਈ ਹੈ। ਇਹ ਗਾਣੇ ਵਗੈਰਾ ਟੀ ਵੀ 'ਤੇ ਜੋ ਮਸ਼ਹੂਰੀਆਂ ਵਗੈਰਾ ਆਉਂਦੀਆਂ ਸੀਗੀਆਂ ਅਤੇ ਉਹਨਾਂ ਦਾ ਮੂੰਹ ਦੇ ਨਾਲ ਮਿਊਜ਼ਿਕ ਵਜਾਉਂਦਾ ਸੀਗਾ ਅਤੇ ਫਿਰ ਮੈਨੂੰ ਲੱਗਾ ਵੀ ਇਹਦੇ ਵਿੱਚ ਥੋੜ੍ਹਾ ਗਾਇਕੀ ਦਾ ਹੈਗਾ, ਇਹਦੇ ਵਿੱਚ ਕੀੜਾ ਹੈਗਾ, ਇਹਦੇ 'ਚ ਇਹ ਗਾਇਕੀ ਨੂੰ ਸਮਝਦਾ। ਅਤੇ ਫਿਰ ਮੈਂ ਉਹਨੂੰ ਹੌਲੀ ਹੌਲੀ ਗਾਣਿਆਂ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਥੋੜ੍ਹਾ ਥੋੜ੍ਹਾ ਗਾਉਣ ਲੱਗ ਪਿਆ ਆਪਣੀ ਤੋਤਰੀ ਜ਼ਬਾਨ ਨਾਲ ਅਤੇ ਹੈ ਸੁਰ 'ਚ ਸੀਗਾ ਅਤੇ ਬਾਅਦ ਵਿੱਚ ਹੌਲੀ ਹੌਲੀ ਇਹ ਗਾਉਂਦਾ ਗਿਆ, ਅੱਗੇ ਵੱਧਦਾ ਗਿਆ। ਫਿਰ ਇਹਦਾ ਇੱਕ ਇਹਦੀ ਕੁਆਲਿਟੀ ਹੈ ਵੀ ਇਹਦਾ ਜਿਹੜਾ ਹਾਈ ਟੋਨ ਆ ਪਿੱਚ ਆ ਨਾ ਜਿਹੜਾ ਸੁਰ ਜਿਹੜਾ ਬੜਾ ਉੱਚਾ, ਇਹ ਹਾਈ ਟੋਨ ਵਾਲਾ ਪਿੱਚ ਅੱਛਾ ਸੁਰ ਲਾਉਂਦਾ ਅਤੇ ਇਹਦਾ ਟੋਨ ਕਵਾਲੀ ਵਾਲਾ ਟੋਨ ਹੈ ਇਹਦਾ ਅਤੇ ਅੱਛਾ ਗਾ ਰਿਹਾ ਜੀ। ਜੇ ਗੱਲ ਕੀਤੀ ਜਾਵੇ ਗਾਇਕੀ ਦੀ ਤਾਂ ਕਿਹਦੇ ਕੋਲ ਸਿੱਖਦੇ ਜੀ? ਤੁਹਾਡੇ ਕੋਲ ਸਿੱਖਦੇ ਜਾਂ ਕਿਹਦੇ ਕੋਲ ਸਿੱਖਦੇ ਜੀ? ਬਾਹਰੋਂ ਵੀ ਸਿੱਖਿਆ? ਨਹੀਂ, ਬਾਹਰੋਂ ਨਹੀਂ ਜੀ ਸਿੱਖਿਆ, ਇਹ ਬਸ ਮੇਰੇ ਕੋਲ ਸਿੱਖਿਆ ਜੋ ਵੀ ਸਿੱਖਿਆ ਥੋੜ੍ਹਾ ਬਹੁਤਾ। ਕਿਹੜੀ ਕਿਹੜੀ ਸਟੇਜ 'ਤੇ ਪਰਫੋਰਮ ਕਰ ਚੁੱਕਾ ਅਤੇ ਹੁਣ ਕੀ ਅੱਗੇ ਆਇਆ? ਦੇਖੋ ਜੀ, ਸਾਰਿਆਂ ਨਾਲ ਪਹਿਲੇ ਪੀ ਟੀ ਸੀ ਪੰਜਾਬੀ ਵਾਇਸ ਆਫ ਪੰਜਾਬ ਛੋਟਾ ਚੈਂਪ ਉਹਦੇ ਵਿੱਚ ਗਾ ਚੁੱਕਿਆ ਅਤੇ ਉਸ ਤੋਂ ਬਾਅਦ ਫਿਰ ਜਾਗਰਣਾ ਵਿੱਚ ਵੀ ਹਾਜ਼ਰੀ ਲਗਾਉਂਦਾ
फिर पीरां दी दरगाह कवालियां महफलां उन्हां विच वी इह गांदा जा के। हुण किहड़ी स्टेज ते परफॉर्म कर रहे जा रहे? हुण जी ये जी टीवी लिटल चैंप छोटा चैंप च जा रहे जी, ते उत्थे परफॉर्म कर रहे जा के। की वेखना चाहुंदे तुसीं, की कहना चाहुंदे? देखो जी, मैं ते यही चाहना, हर एक माँ बाप का यही हुंदा सुपना भी उहदा जिहड़ा बच्चा है वो किसे मुकाम ते पहुंचे ते वधिया गावे, उन्हां दा नाम रोशन करे। तेरे बिन नहीं जीना, मर जाना टोलना है, तेरे बिन नहीं जीना, मर जाना टोलना, तेरे बिन नहीं जीना, मर जाना टोलना है, तेरे बिन नहीं जीना, मर जाना टोलना। बिन तेरे सावन आया झूले पड़े झूले, हम झूल ना पाए। सावन आया सावन आया झूले पड़े झूले, हम झूल न पाए। तूने हमें कभी याद किया ना, हम तुझे भूल न पाए। है तेरा इंतजार तू मिले एक बार, मर के भी अब तेरा साथ नहीं छोड़ना। तेरे बिन नहीं जीना, मर जाना टोलना है, तेरे बिन नहीं जीना, मर जाना टोलना, तेरे बिन नहीं जीना, मर जाना।